ਬਿਲਕੁਲ ਡਾਕਟਰ ਸਾਹਿਬ, ਕਈ ਵਾਰੀ ਇੱਦਾਂ ਹੁੰਦਾ, ਆਪਾਂ 1999 ਦੇ ਵਿੱਚ ਅਕਸਰ ਚਰਚਾਵਾਂ ਆਪਾਂ ਦੇਖੀਆਂ ਨੇ, ਸੁਣੀਆਂ ਨੇ, ਆਪਾਂ ਪੜ੍ਹਿਆ 1999 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਕੰਪੇਨ ਕਰਨ ਵਾਲਾ ਕੋਈ ਨਹੀਂ ਸੀ, ਉਹ ਜੇਲ੍ਹ ਦੇ ਵਿੱਚ ਸੀਗੇ, 13 ਦੀਆਂ 13 ਸੀਟਾਂ ਤੇ ਕਲੀਨ ਸਵੀਪ ਕਰ ਲਿਆ ਸੀਗਾ। ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਬੰਦਾ ਚਾਹੇ ਕਿਤੇ ਮਰਜ਼ੀ ਹੋਵੇ, ਕੰਪੇਨ ਕਰਨ ਵਾਲੇ ਆਪ ਮੁਹਾਰੇ ਤੁਰ ਪੈਂਦੇ ਨੇ। ਹੁਣ ਇਹਨਾਂ ਦੇ ਵਿੱਚ ਕੰਪੇਨ ਕਰਨ ਵਾਲੇ ਕੌਣ ਸੀਗੇ? ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ, ਉਹਨਾਂ ਦੇ ਫਾਦਰ ਸਾਹਿਬ, ਤੇ ਇੱਕ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਹੁੰਦੇ ਸੀਗੇ, ਕਮਲੀਆਂ ਜੀਆਂ ਗੱਲਾਂ ਕਰਨ ਵਾਲਾ, ਉਹਦੇ 2 ਰਿਸ਼ਤੇਦਾਰ ਸੀਗੇ। ਉਹਦੇ ਮਾਮਾ ਜੀ ਨੇ ਕਾਫੀ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਪ੍ਰਚਾਰ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਦਾ। ਸੋ ਆਪ ਮਹਾਰੇ ਲੋਕਾਂ ਨੇ ਅੱਗੇ ਹੋਏ ਲੋਕ, ਘਰ ਘਰ ਪਹੁੰਚੇ, ਪਿੰਡਾਂ ਦੇ ਵਿੱਚ ਪਹੁੰਚੇ, ਮੋਟਰਸਾਈਕਲ ਰੈਲੀਆਂ ਦੀਆਂ ਬੜੀਆਂ ਰਿਪੋਰਟਾਂ ਆਈਆਂ ਦੁਆਬੇ ਦੇ ਵਿੱਚੋਂ, ਕਿਉਂਕਿ ਦੁਆਬੇ ਦੇ 2-3 ਹਲਕੇ ਸੀਗੇ, ਤੇ ਮਾਝੇ ਦੇ ਵਿੱਚੋਂ ਮੁੰਡਿਆਂ ਨੇ, ਖਾਸ ਤੌਰ ਤੇ ਯੰਗਸਟਰਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ। ਕਿਤੇ ਨਾ ਕਿਤੇ ਜਿਹੜੀਆਂ ਉਹਨਾਂ ਨੇ ਵਹੀਰ ਉਹਨਾਂ ਦੀ ਚੱਲੀ ਸੀ, ਉਹਦਾ ਬਹੁਤ ਪੋਜ਼ਿਟਿਵ ਇੰਪੈਕਟ ਗਿਆ। ਕਿਵੇਂ ਉਹਨਾਂ ਨੇ ਨਸ਼ਿਆਂ ਦੇ ਮੁੱਦੇ ਨੂੰ ਛੇੜਿਆ ਸੀਗਾ, ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਉਹ ਚਰਚਾ ਕਰਦੇ ਸੀਗੇ, ਜਿਹੜੀਆਂ ਕੁਝ ਤਕਰੀਰਾਂ ਉਹਨਾਂ ਨੇ ਨੈਸ਼ਨਲ ਮੀਡੀਆ ਦੇ ਨਾਲ ਕੀਤੀਆਂ ਸੀਗੀਆਂ, ਲੋਕਾਂ ਦੇ ਮਨਾਂ ਦੇ ਵਿੱਚ ਬਰਾੜ ਸਾਹਿਬ ਉਹ ਵੀ ਚੱਲਦੀਆਂ ਸੀਗੀਆਂ ਕਿ ਜਦੋਂ ਉਹ ਬੋਲਦੀ ਹੈ, ਕਿਵੇਂ ਚੋਟੀ ਤੋਂ ਚੋਟੀ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਨਿਰਉੱਤਰ ਕਰ ਦਿੰਦੇ ਨੇ, ਉਹਨਾਂ ਨੂੰ ਅਗਲਾ ਜਿੰਨਾ ਮਰਜ਼ੀ ਘੁਮਾਉਣ ਦੀ ਕੋਸ਼ਿਸ਼ ਕਰੇ, ਫਸਾਉਣ ਦੀ ਕੋਸ਼ਿਸ਼ ਕਰੇ, ਪਰ ਉਹ ਜਦੋਂ ਆਪਣੀ ਤਰਕ ਦੇ ਨਾਲ, ਦਲੀਲ ਦੇ ਨਾਲ ਉੱਤਰ ਦਿੰਦੇ ਸੀਗੇ, ਤੇ ਸਾਹਮਣੇ ਵਾਲੇ ਕੋਲੇ ਕੋਈ ਜਿਹੜਾ ਸੀਗਾ ਸਵਾਲ ਨਹੀਂ ਸੀ ਰਹਿੰਦਾ, ਕੋਈ ਉਹਨਾਂ ਦੇ ਕੋਲੇ ਦਲੀਲ, ਕੋਈ ਉਹਨਾਂ ਦੇ ਕੋਲੇ ਤਕਰੀਰ ਨਹੀਂ ਸੀ ਬਚਦੀ। ਸੋ ਇਹ ਸਾਰੀਆਂ ਚੀਜ਼ਾਂ ਦਾ ਇੰਪੈਕਟ ਪਿਆ ਜੀ। ਇਹੀ ਕਾਰਨ ਹੈ ਕਿ ਇਸ ਵੇਲੇ 1,05,311 ਵੋਟਾਂ ਉਹਨਾਂ ਦੇ ਖਾਤੇ ਦੇ ਵਿੱਚ ਨੇ, ਤੇ ਦੂਜੇ ਕੈਂਡੀਡੇਟ ਤੋਂ 46,000 ਵੱਧ ਵੋਟਾਂ ਉਹਨਾਂ ਦੇ ਕੋਲ ਹੈਗੀਆਂ। ਇੱਕ ਖਬਰ ਬਰਾੜ ਸਾਹਿਬ ਹੁਣ ਪਟਿਆਲੇ ਤੋਂ ਜਿਹੜੀ ਆ ਰਹੀ ਹੈ, ਇੱਥੇ ਹੁਣ ਬੀਬਾ ਪ੍ਰਨੀਤ ਕੌਰ ਜੀ, ਅਕਾਲੀ ਦਲ ਤਾਂ ਇੰਨਾ ਫੈਸਲਾ ਨਹੀਂ ਲੈ ਸਕਿਆ ਕਿ ਇੱਕ ਸੀਟ ਉਹਨਾਂ ਦੇ ਲਈ ਵਿਦਡਰਾਅ ਕਰ ਦੇਈਏ, ਤੇ ਨਾ ਹੀ ਮੇਰੇ ਖਿਆਲ ਭਾਈ ਅੰਮ੍ਰਿਤਪਾਲ ਸਿੰਘ ਏਦਾਂ ਦਾ ਕੁਛ ਚਾਹੁੰਦੇ ਹੋਣਗੇ ਕਿ ਕਿਸੇ ਹੋਰ ਟ੍ਰੈਡੀਸ਼ਨਲ ਪਾਰਟੀ ਦੇ ਨਾਲ ਜੁੜਨਾ। ਹਾਂ, ਇੱਕ ਚੀਜ਼ ਬਰਾੜ ਸਾਹਿਬ ਬਹੁਤ ਵਧੀਆ ਹੈ ਕਿ ਇਹ ਪੋਸੀਬਲ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਕੋਈ ਪੰਥਕ ਫਰੰਟ ਬਣ ਜਾਵੇ ਤੇ ਸਾਰੇ ਪੰਜਾਬ ਦੇ ਵਿੱਚ ਉਹ ਆਪਣੇ ਤੌਰ ਤੇ ਜਿਹੜਾ ਹੈਗਾ ਇਲੈਕਸ਼ਨ ਲੜ ਸਕਦੇ ਨੇ, ਕਿਉਂਕਿ ਆਪਾਂ ਦੇਖ ਰਹੇ ਹਾਂ 2 ਥਾਵਾਂ ਤੋਂ ਪੰਥਕ ਜਿਹੜੇ ਚਿਹਰੇ ਸੀ ਆਜ਼ਾਦ ਤੌਰ ਤੇ ਲੜੇ ਨੇ, ਮੋਟੇ ਤੌਰ ਤੇ ਇੱਕ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਤੇ ਇੱਕ ਅਨੰਦਪੁਰ ਸਾਹਿਬ ਤੋਂ, ਤੇ ਦੋਵੇਂ ਬੜੀ ਪੋਜ਼ਿਟਿਵ ਇੱਥੋਂ ਖਬਰਾਂ ਆ ਰਹੀਆਂ ਨੇ। ਤੇ ਜੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਇੱਕ ਫਰੰਟ ਬਣਾ ਕੇ ਆਪਣੇ ਕੈਂਡੀਡੇਟ ਦਿੱਤੇ ਹੁੰਦੇ, ਤਾਂ ਸ਼ਾਇਦ ਇਸ ਵੇਲੇ ਜਿਹੜਾ ਚੋਣਾਂ ਦਾ ਚਿਹਰਾ ਮੋਹਰਾ ਕੁਝ ਹੋਰ ਹੋਣਾ ਸੀਗਾ ਜੀ। ਇਹੀ ਆ ਵੀ ਪ੍ਰਭਾਵ ਸੋਸ਼ਲ ਮੀਡੀਆ ਦਾ ਕਿੰਨਾ ਕੁ ਪੈਂਦਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ। ਬਹੁਤ ਵੱਡਾ ਪ੍ਰਭਾਵ ਪੈਂਦਾ ਜੀ ਸੋਸ਼ਲ ਮੀਡੀਆ ਦਾ। ਮੈਂ ਸੋਸ਼ਲ ਮੀਡੀਆ ਦਾ ਇੱਕ ਪ੍ਰਭਾਵ ਤੁਹਾਨੂੰ ਦੱਸਦਾ ਕਿ ਫਰੀਦਕੋਟ ਦੀ ਤੁਸੀਂ ਗੱਲ ਕਰ ਰਹੇ ਸੀ ਸ਼ੁਰੂਆਤ ਦੇ ਵਿੱਚ, ਆਪਾਂ ਦੇਖਿਆ ਕਿ ਕਿੱਦਾਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਗੱਲਾਂ ਬਾਤਾਂ ਹੋਈਆਂ, ਕਿੱਦਾਂ 2 ਰੈਲੀਆਂ ਦੇ ਵਿੱਚ ਜਦੋਂ ਦੇਖਿਆ ਕਿ ਯੰਗਸਟਰ ਮੁੰਡੇ ਮੋਟਰਸਾਈਕਲਾਂ ਦੇ ਉੱਤੇ ਚੜ ਕੇ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਹੋਕਾ ਦੇ ਰਹੇ ਹੈ, ਤਾਂ ਕਿਵੇਂ ਰਾਤੋ ਰਾਤ ਉੱਥੇ ਸਿਚੁਏਸ਼ਨ ਚੇਂਜ ਹੋ ਗਈ, ਤੇ ਲੋਕਾਂ ਨੇ ਜਿਹੜੇ ਆਪਸ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਸੋਸ਼ਲ ਮੀਡੀਆ ਤੋਂ ਦੇਖ ਕੇ, ਲੋਕਾਂ ਦੇ ਵਿੱਚ ਪ੍ਰਭਾਵ ਗਿਆ। ਇੱਕ ਮੈਸੇਜ ਜਿਹੜਾ ਇੱਕ ਬੰਦਾ ਪਾਉਂਦਾ ਨਾ ਕਿ ਕੌਮ ਦਾ ਮੀਹਣਾ ਲਾਉਣਾ, ਉਹ ਪਿੰਡ ਪਿੰਡ ਦੇ ਵਿੱਚ, ਗਲੀ ਗਲੀ ਦੇ ਵਿੱਚ ਗੱਲ ਪ੍ਰਚਲਿਤ ਹੋ ਗਈ। ਫਿਰ ਉਹਦੇ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇੱਕ ਪਾਸੇ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਹੋਰਾਂ ਦੇ ਉੱਤੇ ਪੂਰੀ ਆ ਜਿਹੜੀ ਪਾਵਰ ਦਾ ਇਸਤੇਮਾਲ ਕੀਤਾ, ਉਹਨਾਂ ਦੇ ਹੱਕ ਚ ਰੈਲੀਆਂ ਲੀਡਰਾਂ ਨੇ ਵੀ ਕੀਤੀਆਂ, ਕਲਾਕਾਰਾਂ ਨੇ ਵੀ ਕੀਤੀਆਂ। ਇਸ ਦੇ ਬਾਵਜੂਦ ਭਾਈ ਸਰਬਜੀਤ ਸਿੰਘ ਖਾਲਸਾ ਇਸ ਵੇਲੇ 64,000 ਵੋਟਾਂ ਤੇ ਨੇ, ਤੇ 22,000 ਵੋਟਾਂ ਦੀ ਉਹਨਾਂ ਦੇ ਕੋਲੇ ਲੀਡ ਹੈਗੀ ਹੈ। ਬਿਲਕੁਲ ਬਰਾੜ ਸਾਹਿਬ, ਵੱਡੀ ਗੱਲ ਤਾਂ ਇਹ ਆ ਕਿ ਉੱਥੇ ਜਦੋਂ ਰਾਹੁਲ ਗਾਂਧੀ ਹੋਰੀ ਜਿੱਤ ਕੇ ਆਏ ਤਾਂ ਉਹਨਾਂ ਦਾ ਪਰਿਵਾਰ ਜਿੱਤ ਕੇ ਆਇਆ, ਤੇ ਉਹਨਾਂ ਦੇ ਸਾਹਮਣੇ ਬੈਠਣਗੇ। ਇੱਕ ਪਾਸੇ ਉਹ ਜਿਹਨੇ ਪੰਜਾਬ ਦੇ ਨਾਲ ਕਿਸੇ ਵੇਲੇ ਤੱਕਾ ਕੀਤਾ, ਤੇ ਇੱਕ ਪਾਸੇ ਉਹ
ਜਿਹਨੇ ਪੰਜਾਬ ਦੇ ਨਾਲ ਧੱਕਾ ਕਰਨ ਵਾਲਿਆਂ ਨੂੰ ਗੱਡੀ ਚਾੜਿਆ, ਦੋਵਾਂ ਦੇ ਵਾਰ ਸਾਹਮੂ ਸਾਹਮਣੇ ਜਦੋਂ ਬੈਠਣਗੇ ਤਾਂ ਵਾਕਈ ਪੰਜਾਬ ਲਈ ਮੈਂ ਕਹੂੰਗਾ ਕਿ ਇੱਕ ਮਾਣ ਵਾਲੀ ਗੱਲ ਹੈ ਕਿ ਭਾਈ ਜੇ ਸਾਡੇ ਵੱਲੋਂ ਕੋਈ ਸਾਡਾ ਬੰਦਾ ਮਿਹਨਤ ਕਰਕੇ ਗਿਆ ਕੌਮ ਦੇ ਲਈ, ਅਸੀਂ ਉਹਨਾਂ ਦੇ ਵਾਰਸਾਂ ਨੂੰ ਉਹਨਾਂ ਦੇ ਚਿਰਾਗਾਂ ਨੂੰ ਤੁਹਾਡੇ ਬਰਾਬਰ ਬੈਠਣ ਜੋਗੇ ਕਰ ਦਿੱਤਾ। ਸੋ ਬੜੀ ਪੋਜ਼ਿਟਿਵ ਨਿਊਜ਼ ਆ। ਮੈਂ ਇੱਕ ਵਾਰੀ ਫਿਰ ਕਹਿ ਦਿਆਂ, ਅਸੀਂ ਕਿਸੇ ਪਾਰਟੀ ਦੇ ਹੱਕ 'ਚ ਨਹੀਂ, ਕਿਸੇ ਦੇ ਖਿਲਾਫ਼ 'ਚ ਨਹੀਂ, ਅਸੀਂ ਹੱਕ ਦੇ ਵਿੱਚ ਹਾਂ, ਪੰਜਾਬ ਦੇ, ਪੰਜਾਬੀਆਂ ਦੇ, ਪੰਜਾਬੀਅਤ ਦੇ। ਸੋ ਮੇਰੇ ਖਿਆਲ ਨਾਲ ਇਹ ਜਿਹੜੇ ਚਾਹੇ ਇੱਥੋਂ ਕਾਂਗਰਸ ਵੱਧ ਸੀਟਾਂ ਲੈ ਜੇ ਤੇ ਚਾਹੇ ਇੱਥੋਂ ਝਾੜੂ ਲੈ ਜੇ, ਸਾਡੇ ਲਈ ਜਿਹੜੀਆਂ ਦੋ ਤਿੰਨ ਸੀਟਾਂ ਸੀਗੀਆਂ ਉਹ ਸਭ ਤੋਂ ਵੱਧ ਇੰਪੋਰਟੈਂਸ ਰੱਖਦੀਆਂ ਸੀ। ਖਡੂਰ ਸਾਹਿਬ, ਫਰੀਦਕੋਟ ਤੇ ਸੰਗਰੂਰ ਵੱਲ ਵੀ ਕਿਤੇ ਨਾ ਕਿਤੇ ਧਿਆਨ ਲੋਕਾਂ ਦਾ ਸੀਗਾ।